ਸਵਾਗਤ ਹੈ ਜੀ ਤੁਹਾਡਾ ਸਭ ਦਾ ਤੁਹਾਡੇ ਆਪਣੇ YouTube ਚੈਨਲ ਦੇ ਵਿੱਚ ਜਿਸ ਦਾ ਨਾਮ ਹੈ ਅਮਿਤ ਜਿੰਦਲ ਪਿਆਰੇ ਵਿਦਿਆਰਥੀਓ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ 2021 ਤੇ 2022 ਦਾ ਸੈਸ਼ਨ ਹੈ ਜੋ ਸ਼ੁਰੂ ਹੋ ਚੁੱਕਿਆ ਹੈ ਅੱਜ ਦੀ ਇਸ ਵੀਡੀਓ ਦੇ ਵਿੱਚ ਚਰਚਾ ਕਰਾਂਗੇ CBSE ਸੈਂਟਰਲ ਬੋਰਡ ਆਫ সেকেন্ডਰੀ এডਿਕੇਸ਼ਨ ਨਿਊ ਦਿੱਲੀ ਦੇ ਦੁਆਰਾ ਜੋ ਪੰਜਾਬੀ ਵਿਸ਼ੇ ਦਾ 11ਵੀਂ ਜਮਾਤ ਦਾ ਪੰਜਾਬੀ ਦਾ ਸਿਲੇਬਸ ਜਾਰੀ ਕੀਤਾ ਗਿਆ ਹੈ ਇਸ ਪੂਰੀ ਵੀਡੀਓ ਦੇ ਵਿੱਚ ਉਸ ਸਿਲੇਬਸ ਦੇ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ ਪੰਜਾਬੀ ਦਾ ਜੋ ਕੋਡ ਹੈ ਉਹ 104 ਹੈ ਕਿਉਂਕਿ ਪਿਛਲੀ ਵਾਰ ਨਾਲੋਂ ਇਸ ਵਾਰ ਹੈ ਜੋ ਉਹ ਪੰਜਾਬੀ ਦਾ ਸਿਲੇਬਸ ਪੂਰਾ ਚੇਂਜ ਕਰ ਦਿੱਤਾ ਗਿਆ ਹੈ ਸ਼ੁਰੂ ਕਰਦੇ ਹਾਂ ਵੀਡੀਓ ਪੰਜਾਬੀ ਹੈ ਜੀ 2020-2021 ਸੈਸ਼ਨ ਦੇ ਲਈ ਹੈ ਜਿਹਦਾ ਕੋਡ ਨੰਬਰ ਹੈ ਜੀ 104 ਕਲਾਸ 11ਵੀਂ ਜਿਹਦੇ ਵਿੱਚ 80 ਨੰਬਰ ਦੀ ਤੁਹਾਡੀ ਲਿਖਤੀ ਪ੍ਰੀਖਿਆ ਤੇ 20 ਨੰਬਰ ਦੀ ਤੁਹਾਡੀ ਇੰਟਰਨਲ ਅਸੈਸਮੈਂਟ ਦੇ ਹੋਣਗੇ ਇਹ ਦੇਖਦੇ ਆਂ ਜੀ ਸਲਾਨਾ ਪ੍ਰੀਖਿਆ ਇਹ 80 ਨੰਬਰ ਦੀ ਹੈ ਜੋ ਇਹ ਸਲਾਨਾ ਪ੍ਰੀਖਿਆ ইয়ার এন্ড ਰਿਟਰਨ ਐਗਜ਼ਾਮ ਜੋ ਤੁਹਾਡੇ 80 ਨੰਬਰ ਦਾ ਹੋਵੇਗਾ ਹੁਣ ਦੇਖਦੇ ਆਂ ਜੀ ਜੋ ਆਂਤ੍ਰਿਕ ਮੁਲਾਂਕਣ ਹੈ ਉਹ ਕਿਸ ਤਰ੍ਹਾਂ ਹੋਵੇਗਾ ਇੰਟਰਨਲ ਅਸੈਸਮੈਂਟ ਹੈ ਜੋ 20 ਨੰਬਰ ਦੀ ਜਿਦੇ ਵਿੱਚ 10 ਨੰਬਰ ਨੇ ਜੋ ਤੁਹਾਨੂੰ ਪ੍ਰੋਜੈਕਟ ਦੇ ਮਿਲਣਗੇ ਲਿਸਨਿੰਗ ਸਪੀਕਿੰਗ ਸੁਨਣ ਬੋਲਣ ਤੇ ਆਧਾਰਿਤ 5 ਅੰਕ ਤੇ ਲਿਖਤੀ ਹੈ ਜੋ ਕਿਸੇ ਵੀ ਵਿਸ਼ਾ ਅਧਿਆਪਕ ਦੁਆਰਾ ਤੁਹਾਨੂੰ ਕੋਈ ਵਿਸ਼ਾ ਦਿੱਤਾ ਜਾਵੇਗਾ ਉਦੇ ਉੱਪਰ ਤੁਸੀਂ ਮੌਕੇ ਦੇ ਉੱਪਰ ਲਿਖਣਾ ਹੋਵੇਗਾ ਤਾਂ ਇਹ 5 ਅੰਕ ਹੋਣਗੇ ਕੁੱਲ ਅਸੈਸਮੈਂਟ ਹੈ ਜੋ ਤੁਹਾਡੀ 20 ਨੰਬਰ ਦੀ ਬਣਦੀ ਹੈ ਹੁਣ ਜੋ 80 ਨੰਬਰ ਦਾ ਤੁਹਾਡਾ ਪੇਪਰ ਹੈ ਉਹਦੇ ਵਿੱਚ ਦੇਖਦੇ ਹਾਂ ਜੀ ਕੀ ਕੁਛ ਹਨ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਭਾਸ਼ਾ ਭਾਸ਼ਾ ਨਾਲ ਸੰਬੰਧਿਤ 25 ਨੰਬਰ ਦਾ ਕੰਮ ਤੁਹਾਨੂੰ ਪੁੱਛਿਆ ਜਾਣਾ ਜਿਸ ਵਿੱਚ ਪਹਿਲੇ ਨੰਬਰ ਦੇ ਉੱਪਰ ਕਰਨਾ ਹੈ ਤੁਸੀਂ ਐਡਵਾਂਸ ਪੜਨ ਕੋਸ਼ਲ ਪਹਿਲੇ ਨੰਬਰ ਦੇ ਉੱਪਰ ਹੈ ਜੀ ਐਡਵਾਂਸ ਪੜਨ ਕੋਸ਼ਲ ਜਾਣਕਾਰੀ ਭਰਪੂਰ ਇੱਕ ਅੰਡਿੱਠਾ ਪੈਰਾ ਹੋਵੇਗਾ ਤੇ ਉਸ ਨਾਲ ਸੰਬੰਧਤ ਤੁਹਾਨੂੰ 5 ਪ੍ਰਸ਼ਨ ਪੁੱਛੇ ਜਾਣਗੇ ਉਹਨਾਂ ਪੈਰੇ ਨੂੰ ਪੜ੍ਹ ਕੇ ਤੁਸੀਂ ਪ੍ਰਸ਼ਨਾਂ ਦੇ ਉੱਤਰ ਦੇਣੇ ਨੇ ਤੇ ਇਹ 5 ਕੁਐਸਚਨ ਹਨ ਕਿ ਹਰ ਇੱਕ ਪ੍ਰਸ਼ਨ 1 ਨੰਬਰ ਦਾ ਹੋਵੇਗਾ ਅੱਗੇ ਜੀ ਦੂਜੇ ਨੰਬਰ ਤੇ ਪ੍ਰਭਾਵਸ਼ਾਲੀ ਲਿਖਣ ਕੋਸ਼ਲ ਇਹਦੇ ਵਿੱਚ ਜੀ ਇਹ ਅਖਬਾਰ ਦੇ ਸੰਪਾਦਕ ਨੂੰ ਪੱਤਰ ਲਿਖਣਾ ਹੈ 2-3 ਪੱਤਰ ਤੁਹਾਨੂੰ ਦਿੱਤੇ ਜਾਣਗੇ ਜਿਦੇ ਵਿੱਚੋਂ ਤੁਸੀਂ ਇੱਕ ਪੱਤਰ ਲਿਖਣਾ ਹੈ ਤੇ ਇਹ ਪ੍ਰਸ਼ਨ ਜੋ ਪੱਤਰ ਲਿਖਣ ਦੇ ਤੁਹਾਨੂੰ 8 ਅੰਕ ਮਿਲਣਗੇ ਅਖਬਾਰ ਦੇ ਸੰਪਾਦਕ ਨੂੰ ਪੱਤਰ 8 ਅੰਕਾਂ ਦਾ ਦੂਜੇ ਨੰਬਰ ਦੇ ਉੱਪਰ ਹੈ ਜੀ ਸਮਾਜਿਕ ਸੱਭਿਆਚਾਰਕ ਅਤੇ ਮਨੋਰੰਜਨ ਵਿਸ਼ੇ ਸਬੰਧੀ 200-250 ਸ਼ਬਦਾਂ ਦੇ ਵਿੱਚ ਲੇਖ ਲਿਖਣਾ ਤੁਸੀਂ ਚੋਣ ਆਧਾਰਿਤ ਹੋਵੇਗਾ 2-3 ਲੇਖ ਤੁਹਾਨੂੰ ਪੇਪਰ ਦੇ ਵਿੱਚ ਪੁੱਛੇ ਜਾਣਗੇ ਜਿਦੇ ਵਿੱਚੋਂ ਤੁਸੀਂ ਇੱਕ ਲੇਖ ਲਿਖਣਾ ਹੈ ਤੇ ਇਹਦੇ ਲਈ ਤੁਹਾਨੂੰ 12 ਅੰਕ ਮਿਲਣਗੇ 12 ਨੰਬਰਾਂ ਦਾ ਜੋ ਲੇਖ ਹੈ ਤੁਹਾਡਾ ਇਸ ਜਮਾਤ ਦੇ ਵਿੱਚ ਹੋਵੇਗਾ ਅੱਗੇ ਗੱਲ ਕਰਦੇ ਹਾਂ ਜੀ ਨੰਬਰ 3 ਦੇ ਉੱਪਰ ਅੰਗਰੇਜ਼ੀ ਤੋਂ ਪੰਜਾਬੀ ਵਿੱਚ ਅਨੁਵਾਦ ਇਹਦੇ ਲਈ ਤੁਹਾਡੇ ਲਈ 30 ਅੰਕ ਹੈ ਜੋ ਉਰ ਰੱਖੇ ਗਏ ਨੇ ਪੰਜਾਬੀ ਲਾਜ਼ਮੀ ਪੰਜਾਬੀ 11 ਪਾਠ ਪੁਸਤਕ ਹੈ ਜਿਵੇਂ ਕਿ ਮੈਂ ਪਹਿਲਾਂ ਦੱਸ ਚੁੱਕਿਆ ਇਹ ਪਾਠ ਪੁਸਤਕ ਤੁਸੀਂ ਕਿਸ ਤਰ੍ਹਾਂ ਪ੍ਰਾਪਤ ਕਰਨੀ ਹੈ ਤੁਸੀਂ ਉਸ ਨੂੰ ਆਨਲਾਈਨ ਹੈ ਜੋ ਡਾਊਨਲੋਡ ਕਰ ਸਕਦੇ ਹੋ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਇਹ ਜੋ ਕਿਤਾਬ ਹੈ ਲਾਜ਼ਮੀ ਜੋ ਜਦੋਂ ਸੀਬੀਐਸਸੀ ਨੇ ਬਦਲ ਕੇ ਲਗਾਈ ਹੈ ਇਸ ਤੋਂ ਪਹਿਲਾਂ ਸੀ ਜੋ 11ਵੀਂ ਕਲਾਸ ਦੇ ਵਿੱਚ ਕਾਵ ਰੰਗ ਬੁੱਕ ਦੂਜੀ ਕਿਤਾਬ ਸੀ ਜੋ ਵਾਰਤਕ ਰਿਸ਼ਮਾ ਸੀ ਤੇ ਤੀਜੀ ਕਿਤਾਬ ਸੀ ਜੋ ਰਿਸ਼ਤੇ ਨਾਟਕ ਹੁੰਦੇ ਸੀ ਤਾਂ ਜਿਹੜੀ ਇਹ ਪੰਜਾਬੀ ਲਾਜ਼ਮੀ ਦੀ 11ਵੀਂ ਜਮਾਤ ਦੀ ਪੁਸਤਕ ਹੈ ਇਹਦੇ ਵਿੱਚ ਦਰਜ ਸ਼ਬਦ ਤੇ ਵਾਕ ਨੇ ਉਹਨਾਂ ਦੇ ਆਧਾਰ ਤੇ ਤੁਸੀਂ ਅੰਗਰੇਜ਼ੀ ਤੋਂ ਪੰਜਾਬੀ ਦੇ ਵਿੱਚ ਅਨੁਵਾਦ ਕਰਨਾ ਹੋਵੇਗਾ ਠੀਕ ਹੈ ਜੀ ਉਸ ਤੋਂ ਬਾਅਦ ਹੈ ਜੀ ਦਫਤਰੀ ਸ਼ਬਦਾਵਲੀ ਵੀ ਦਿੱਤੀ ਹੋਈ ਹੈ ਇਹਦੇ ਵਿੱਚ ਜਿਹਦੇ ਵਿੱਚ ਅੱਤ ਛੋਟੇ ਪ੍ਰਸ਼ਨ ਅੱਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਨੇ ਚੋਣ ਆਧਾਰਿਤ ਪੰਜੇ ਪ੍ਰਸ਼ਨ ਤੁਸੀਂ ਕਰਨੇ ਹੋਣਗੇ ਫਿਰ ਦੂਜੇ ਨੰਬਰ ਤੇ ਆ ਜੀ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਸ਼ਬਦਾਵਲੀ ਹੋਵੇਗੀ ਇਹ ਚੋਣ ਆਧਾਰਿਤ ਹੋਵੇਗੀ ਇਹ ਵੀ ਪੰਜ ਨੰਬਰ ਦੀ ਹੈ ਫਿਰ ਅੱਗੇ ਆ ਜੀ ਤੀਜੇ ਨੰਬਰ ਤੇ ਬੈਂਕ ਰੇਲਵੇ ਡਾਕ بیمਾ ਸੇਵਾਵਾਂ ਤੇ ਕੰਪਿਊਟਰ ਨਾਲ ਸੰਬੰਧਿਤ ਵਾਕ ਹੋਣਗੇ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਨੇ ਇਹ ਚੋਣ ਆਧਾਰਿਤ ਨੇ ਚਾਰ ਪ੍ਰਸ਼ਨ ਆਣਗੇ ਇਹ 2-2 ਨੰਬਰ ਦਾ ਇੱਕ ਪ੍ਰਸ਼ਨ ਹੈ ਤਾਂ ਇਸ ਤਰ੍ਹਾਂ ਦਾ 8 ਨੰਬਰਾਂ ਦੇ ਇਹ ਪ੍ਰਸ਼ਨ ਤੁਹਾਨੂੰ ਕਰਨੇ ਹੋਣਗੇ ਚੌਥੇ ਨੰਬਰ ਤੇ ਆਉਂਦੇ ਨੇ ਜੀ ਮੁਹਾਵਰੇ ਅਰਥ ਸਪਸ਼ਟ ਕਰਦੇ ਹੋਏ ਤੁਸੀਂ ਵਾਕ ਬਣਾਣਾ ਹੈ ਪੰਜ ਤੋਂ ਵੱਧ ਮੁਹਾਵਰੇ ਤੁਹਾਨੂੰ ਪੁੱਛੇ ਜਾਣਗੇ ਜਿਦੇ ਵਿੱਚੋਂ ਕਿਸੇ ਪੰਜ ਮੁਹਾਵਰਿਆਂ ਦੇ ਤੁਸੀਂ ਅਰਥ ਸਪਸ਼ਟ ਕਰਦੇ ਹੋਏ ਵਾਕ ਬਣਾਣਾ ਹੈ ਇਹ ਮੁਹਾਵਰੇ ਦੱਸਿਆ ਗਿਆ ਜੀ ਜੋ 11ਵੀਂ ਕਲਾਸ ਦੀ ਬੁੱਕ ਦੇ ਵਿੱਚ ਦਰਜ ਨੇ ਸਿਰਫ ਉਹੀ ਮੁਹਾਵਰਿਆਂ ਦੇ ਵਿੱਚੋਂ ਤੁਹਾਨੂੰ ਇਹ ਮੁਹਾਵਰੇ ਪੁੱਛੇ ਜਾਣਗੇ ਪੰਜਵੇਂ ਨੰਬਰ ਤੇ ਆਉਂਦਾ ਜੀ ਇਸ਼ਤਿਹਾਰ ਜਾਂ ਸੱਦਾ ਪੱਤਰ ਚੋਕੇ ਚੋਣ ਅਧਾਰਿਤ ਹੋਵੇਗਾ ਤੇ ਤੁਸੀਂ 50 ਸ਼ਬਦਾਂ ਦੇ ਵਿੱਚ ਲਿਖਣਾ ਹੋਵੇਗਾ ਤੇ ਇਹਦੇ ਵਾਸਤੇ ਤੁਹਾਨੂੰ 7 ਅੰਕ ਮਿਲਣਗੇ ਅੱਗੇ ਗੱਲ ਕਰਦੇ ਹਾਂ ਜੀ ਪੰਜਾਬੀ ਲੋਕ ਸਾਹਿਤਾ ਇਹ ਪੰਜਾਬੀ ਲਾਜ਼ਮੀ ਦੀ ਬੁੱਕ ਦੇ ਵਿੱਚ ਹੈ ਜੋ 11ਵੀਂ ਕਲਾਸ ਦੀ ਪਾਠ ਪੁਸਤਕ ਹੈ ਇਹ ਕਿਤਾਬ ਤੁਸੀਂ ਕਿਸ ਤਰ੍ਹਾਂ ਡਾਊਨਲੋਡ ਕਰ ਸਕਦੇ ਹੋ ਉਹਦੇ ਬਾਰੇ ਵੀ ਜਾਣਕਾਰੀ ਦੇਵਾਂਗੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਖੇਰ ਤੱਕ ਜ਼ਰੂਰ ਦੇਖਿਓ ਹਾਂਜੀ ਪੰਜਾਬੀ ਲੋਕ ਸਾਹਿਤਾ ਜੋ ਟੋਟਲ 25 ਨੰਬਰ ਦਾ ਕੰਮ ਆਵੇਗਾ ਇਹਦੇ ਵਿੱਚੋਂ ਪਹਿਲੇ ਨੰਬਰ ਤੇ ਆਉਂਦੇ ਨੇ ਜੀ ਲੋਕ ਗੀਤ ਨੇ ਉਹਦੇ ਵਿੱਚੋਂ ਸੁਹਾਗ ਨੇ ਘੋੜੀਆਂ ਸਿੱਠਣੀਆਂ ਤੇ ਟੱਪਾ ਸਿਰਫ ਇਹੀ ਹੀ ਚੀਜ਼ਾਂ ਨੇ ਜੋ ਉਸ ਤੋਂ ਡੈਸਿਲੇਬਸ ਦੇ ਵਿੱਚ ਸ਼ਾਮਲ ਨੇ ਕਿਤਾਬ ਦੇ ਵਿੱਚ ਇਸ ਤੋਂ ਜ਼ਿਆਦਾ ਵੀ ਹੋ ਸਕਦੇ ਨੇ ਲੋਕ ਗੀਤਾਂ ਦੇ ਵਿੱਚ ਆਣਗੇ ਜੀ ਸੁਹਾਗ ਘੋੜੀਆਂ ਸਿੱਠਣੀਆਂ ਟੱਪਾ ਇਹਨਾਂ ਦੇ ਵਿੱਚੋਂ ਜੋ ਚੋਣਵੀਆਂ 17 ਤੇ ਆਧਾਰਿਤ ਚਾਰ ਸੰਖੇਪ ਉੱਤਰਾਂ ਵਾਲੇ ਪ੍ਰਸ਼ਨ ਨੇ ਜੋ ਕਿ ਚੋਣ ਆਧਾਰਿਤ ਹੋਣਗੇ ਇੱਕ ਇੱਕ ਨੰਬਰ ਦਾ ਇੱਕ ਪ੍ਰਸ਼ਨ ਹੋਵੇਗਾ ਚੋਣ ਆਧਾਰਿਤ ਹੋਵੇਗਾ ਭਾਵੇਂ ਜ਼ਿਆਦਾ ਪ੍ਰਸ਼ਨ ਪੁੱਛੇ ਜਾਣਗੇ ਜਿਦੇ ਵਿੱਚੋਂ ਤੁਸੀਂ ਸਿਰਫ ਚਾਰ ਹੀ ਉੱਤਰ ਕਰਨੇ ਨੇ ਦੂਜੇ ਨੰਬਰ ਤੇ ਆਗੇ ਜੀ ਜੋ ਲੋਕ ਗੀਤ ਨੇ ਉਹਨਾਂ ਦੇ ਵਿੱਚੋਂ ਬੋਲੀਆਂ ਢੋਲਾ ਮਾਹੀਆ ਤੇ 부ਝਾਰਤਾ ਇਹ ਵੀ ਚੋਣਵੀਆਂ ਸਤਰਾਂ ਤੇ ਆਧਾਰਿਤ ਨੇ ਚਾਰ ਸੰਖੇਪ ਉੱਤਰਾਂ ਵਾਲੇ ਪ੍ਰਸ਼ਨ ਆਣਗੇ ਚੋਣ ਆਧਾਰਿਤ ਹੋਣਗੇ ਚਾਰ ਨੰਬਰ ਦੇ ਹੋਣਗੇ ਤੀਜੇ ਨੰਬਰ ਤੇ ਆਊਗਾ ਪਿਆਰੇ ਵਿਦਿਆਰਥੀਓ ਲੋਕ ਗੀਤਾਂ ਤੇ 40-50 ਸ਼ਬਦਾਂ ਦੇ ਵਿੱਚ ਸੰਖੇਪ ਉੱਤਰਾਂ ਵਾਲੇ ਪ੍ਰਸ਼ਨ ਨੇ ਚੋਣ ਆਧਾਰਿਤ ਤਿੰਨ ਪ੍ਰਸ਼ਨ ਆਣਗੇ ਤਿੰਨ ਨੰਬਰ ਦੇ ਹੋਣ ਨੌ ਨੰਬਰ ਦੇ ਹੋਣਗੇ ਤਾਂ ਹਰੇਕ ਪ੍ਰਸ਼ਨ ਤਿੰਨ ਅੰਕਾਂ ਦਾ ਹੋ ਗਿਆ ਇਹ ਵੀ ਚੋਣ ਆਧਾਰਿਤ ਆਣਗੇ ਅੱਗੇ ਜੀ ਕਿਤਾਬ ਦੇ ਵਿੱਚ ਦੰਤ ਕਥਾਵਾਂ ਨੇ ਤੇ ਪ੍ਰੀਤ ਕਥਾਵਾਂ ਨੇ ਇਹਨਾਂ ਦੇ ਵਿੱਚੋਂ ਜੋ ਜੋ ਵੀ ਦੰਤ ਕਥਾਵਾਂ ਜਾਂ ਪ੍ਰੀਤ ਕਥਾਵਾਂ ਇਸ ਬੁੱਕ ਦੇ ਵਿੱਚ ਦਰਜ ਨੇ ਉਹਨਾਂ ਦੇ ਵਿੱਚੋਂ 25 30 ਸ਼ਬਦਾਂ ਦੇ ਵਿੱਚ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਆਣਗੇ ਚੋਣ ਆਧਾਰਿਤ ਤਾਂ ਦੋ ਨੰਬਰ ਦਾ ਇੱਕ ਪ੍ਰਸ਼ਨ ਹੈ ਤਾਂ ਇਸ ਤਰ੍ਹਾਂ ਕੁੱਲ ਚਾਰ ਪ੍ਰਸ਼ਨ ਨੇ ਜੋ ਤੁਹਾਨੂੰ ਪੁੱਛੇ ਜਾਣਗੇ ਏਸੀ ਪਿਆਰੇ ਵਿਦਿਆਰਥੀਓ ਤੁਹਾਡਾ 11ਵਾਂ ਕਲਾਸ ਦਾ ਪੰਜਾਬੀ ਵਿਸ਼ੇ ਦਾ ਸਿਲੇਬਸ ਤੇ ਇਹਦੇ ਲਈ ਦੱਸਿਆ ਗਿਆ ਜੀ ਨਿਰਧਾਰਿਤ ਪੁਸਤਕ ਹੈ ਜੋ ਪਹਿਲਾਂ ਤਾਂ ਤਿੰਨ ਪੁਸਤਕਾਂ ਹੁੰਦੀਆਂ ਸੀ 11ਵੀਂ ਕਲਾਸ ਦੇ ਵਿੱਚ ਪੰਜਾਬੀ ਦੇ ਵਿੱਚ ਪਰੰਤੂ ਹੁਣ ਵਾਰ ਸਿਰਫ ਇੱਕ ਹੀ ਕਿਤਾਬ ਹੈ ਜੋ ਲਾਜ਼ਮੀ ਪੰਜਾਬੀ ਦੀ ਕਿਤਾਬ ਹੈ 11ਵੀਂ ਕਲਾਸ ਦੀ ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ ਇਹ ਪ੍ਰਕਾਸ਼ਿਤ ਕੀਤੀ ਜਾਂਦੀ ਹੈ ਤਾਂ ਨੋਟ ਦੇ ਵਿੱਚ ਵੀ ਦੱਸਿਆ ਗਿਆ ਜੀ ਲਾਜ਼ਮੀ ਪੰਜਾਬੀ 11 ਪਾਠ ਪੁਸਤਕ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਸਾਹਿਬ ਜادہਜੀਤ ਸਿੰਘ ਨਗਰ ਮੁਹਾਲੀ ਦੇ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ ਇਹ ਪੁਸਤਕ ਬੋਰਡ ਦੀ ਵੈਬਸਾਈਟ psb.ac.in ਤੇ ਵੀ ਉਪਲਬਧ ਹੈ ਤੁਸੀਂ ਇਹ ਸਾਈਟ ਦੇ ਉੱਪਰ ਜਾ ਕੇ ਇਹ ਬੁੱਕ ਨੂੰ ਡਾਊਨਲੋਡ ਕਰ ਸਕਦੇ ਹੋ ਇਹ ਲਿੰਕ ਦੇ ਉੱਪਰ ਜਾਣ ਤੋਂ ਬਾਅਦ ਉੱਥੇ ਈ-ਬੁੱਕਸ ਦਾ ਆਪਸ਼ਨ ਆਏਗਾ ਈ-ਬੁੱਕਸ ਦੇ ਆਪਸ਼ਨ ਤੇ ਕਲਿੱਕ ਕਰਨ ਤੋਂ ਬਾਅਦ 11ਵੀਂ ਕਲਾਸ ਸਿਲੈਕਟ ਕਰਕੇ ਉੱਥੇ ਤੁਸੀਂ ਲਾਜ਼ਮੀ ਪੰਜਾਬੀ 11 ਬੁੱਕ ਹੈ ਜੋ ਆਪਣੇ ਮੋਬਾਈਲ ਦੇ ਵਿੱਚ ਵੀ ਡਾਊਨਲੋਡ ਕਰ ਸਕਦੇ ਹੋ ਏਸੀ ਪਿਆਰੇ ਵਿਦਿਆਰਥੀਓ 11ਵੀਂ ਕਲਾਸ ਦਾ ਸੀਬੀਐਸਸੀ ਦਾ ਪੰਜਾਬੀ ਵਿਸ਼ੇ ਦਾ ਸਿਲੇਬਸ ਪੰਜਾਬੀ ਦੀਆਂ ਜੋ ਪਹਿਲਾਂ ਕਿਤਾਬਾਂ ਸੀ ਉਹਨਾਂ ਦੀ ਬਜਾਏ ਹੁਣ ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ ਪ੍ਰਕਾਸ਼ਿਤ ਕਿਤਾਬ ਹੈ ਜੋ ਲਾਜ਼ਮੀ ਪੰਜਾਬੀ 11 ਉਹ ਕਿਤਾਬ ਹੈ ਜੋ CBSE ਨੇ ਆਪਣੇ ਸਿਲੇਬਸ ਦੇ ਵਿੱਚ ਸ਼ਾਮਲ ਕੀਤੀ ਹੈ ਤੇ ਉਸ ਕਿਤਾਬ ਦੇ ਵਿੱਚੋਂ ਜਿਹੜੀਆਂ-ਜਿਹੜੀਆਂ ਚੀਜ਼ਾਂ ਤੁਸੀਂ ਪੜ੍ਹਨੀਆਂ ਨੇ ਉਹ ਸਾਰੀਆਂ ਆਪਾਂ ਉੱਪਰ ਸਿਲੇਬਸ ਦੇ ਵਿੱਚ ਡਿਸਕਸ ਕਰ ਚੁੱਕੇ ਹਾਂ ਸਿਰਫ ਉਹੀ ਸਿਲੇਬਸ ਹੈ ਜੋ ਤੁਸੀਂ ਕਰਨਾ ਹੈ ਜੋ ਇਸ ਸਿਲੇਬਸ ਦੇ ਵਿੱਚ ਦਿੱਤਾ ਗਿਆ ਹੈ ਪਿਆਰੇ ਵਿਦਿਆਰਥੀਓ ਜੇਕਰ ਵੀਡੀਓ ਵਧੀਆ ਲੱਗੇ ਤਾਂ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਜ਼ਰੂਰ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲੋ